Welcome back to the show. I'm in conversation with the great Sukhi. Sivia. I suppose I can say great. I'm a great guest on the game because Sivia is not a great guest. But I'm going to say that I'm not a great guest. But I'm going to say that I'm not a great guest. But I'm going to say that Sona is a great guest. I'm going to say that I'm going to say that I'm going to say that my dad has said that. मैं एक बारी ना मैं मेरे डैड शुरू तो मैंने चमकीला साहब ते गीतां ते रियाज करवांदे सी सदीक साहब मानक साहब ने मैं ना एक बारी मोटर ते दा प्रैक्टिस करदा सी डैड होनी बाजा बजा रहे सी मैं ना मंजे दा पावा फड़ाया सी इदां अच्छा मंजे दा पावा फड़ के गाउंदा सी ते मेरे डैड ने मैनूं याद है बहुत बहुत ही गलत तरीके नाल कहा वी तू की गा रहा वा वी तैनूं पता तू किहदा गीत गा रहा वा ਵੀ ਤੂੰ ਕਿੱਦਾਂ ਖੜਾ ਇੱਥੇ ਹੈ ਵੀ ਤੂੰ ਸਿੱਧਾ ਹੋ ਕੇ ਖੜ ਤਰੀਕੇ ਨਾਲ ਗਾ ਜਿੱਦਾਂ ਇਦਾਂ ਮੈਨੂੰ ਰਿਲੈਕਸ ਜਿਹਾ ਹੋ ਕੇ ਜਾਣਗੇ ਵੀ ਹਾਂ ਵੀ ਹਾਂ ਵੀ ਹਾਂ ਫਿਰ ਮੈਨੂੰ ਉਦੋਂ ਪਤਾ ਲੱਗਿਆ ਸੀ ਵੀ ਜਿਹੜੀ ਗਾਇਕੀ ਆ ਇਹ ਕਿਤੇ ਇਦਾਂ ਨਹੀਂ ਵੀ ਸਾਈਡ ਵਾਲਾ ਕੰਮ ਨਹੀਂ ਗਾ ਇਹ ਇਹਨੂੰ ਵੀ ਪ੍ਰੋਫੈਸ਼ਨਲ ਤਰੀਕੇ ਨਾਲ ਤੁਸੀਂ ਲੈ ਸਕਦੇ ਹੋ ਤੁਹਾਨੂੰ ਵੀ ਬਤੌਰ ਸਿੱਖਣਾ ਚਾਹੀਦਾ ਵਧੀਆ ਸੋ ਮੈਨੂੰ ਉਹ ਹਿਸਾਬ ਨਾਲ ਡੈਡੀ ਨੇ ਸਿਖਾਇਆ ਸੋ ਮੈਂ ਪਰਮਾਤਮਾ ਦਾ ਬਹੁਤ ਧੰਨਵਾਦ ਆ ਵੀ ਮੈਨੂੰ ਇਹੋ ਜਿਹੇ ਫਾਦਰ ਮਿਲੇ ਨੇ ਇਹੋ ਜਿਹਾ ਮਾਹੌਲ ਮਿਲਿਆ ਹਾਂ 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 ਔਰ ਫਾਦਰ ਸਾਹਿਬ ਵੀ ਫਿਕਰ ਹੋਣਾ ਵੀ ਮੁੰਡਾ ਸਾਡਾ ਨਿਤਨ ਲੱਗਾ ਵੀ ਪੈੜ ਦੇ ਵਿੱਚ ਚੱਲਿਆ ਔਰ ਨਾ ਕਿੱਡਾ ਵੱਡਾ ਪਿੱਛੇ ਲੈ ਕੇ ਚੱਲਿਆ ਇਹ ਵੀ ਗੱਲ ਆ ਇਹ ਚੀਜ਼ ਬਹੁਤ ਵੈਸੇ ਬਹੁਤ ਵੱਡੀ ਚੀਜ਼ ਆ ਬਹੁਤ ਮਿਲਾਂ ਦਾ ਇਹ ਤੁਹਾਨੂੰ ਹੋਰ ਜ਼ਿਆਦਾ ਮੋਟੀਵੇਟ ਕਰਦੀ ਆ ਵਧੀਆ ਗਾਉਣ ਲਈ ਜਾਂ ਵਧੀਆ ਲਿਖਣ ਲਈ ਕਿਉਂਕਿ ਜਦੋਂ ਨਾਮ ਤੁਹਾਡੇ ਨਾਲ ਜੁੜ ਜਾਂਦਾ ਨਾ ਫਿਰ ਇੱਕ ਆਲਰੇਡੀ ਤੁਹਾਡੇ ਕੋਲ ਇੱਕ ਇਮੇਜ ਹੁੰਦੀ ਆ ਵੀ ਹਾਂ ਉਹਨਾਂ ਦਾ ਬੇਟਾ ਹੈ ਸੋ ਉਹਨੂੰ ਬਰਕਰਾਰ ਰੱਖਣ ਵਾਸਤੇ ਤੁਹਾਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ ਕਈ ਵਾਰੀ ਇਦਾਂ ਹੁੰਦਾ ਜਿੱਦਾਂ ਅਸੀਂ ਛੋਟੇ ਹੁੰਦੇ ਆ ਸਾਡੇ ਬਾਬਾ ਜੀ ਹੋਣੀ ਪਹਿਲਾਂ ਬਲਦ ਭਜਾਉਂਦੇ ਹੁੰਦੇ ਸੀਗੇ ਮੇਰੇ ਬਾਬਾ ਜੀ ਹੋਣੀ ਔਰ ਇਲਾਕੇ ਦੇ ਵਿੱਚ ਮੰਨੇ ਦੰਨੇ ਆ ਬਲਦਾਂ ਵਾਲਾ ਦਾਸ ਉਹਨਾਂ ਨੂੰ ਕਹਿੰਦੇ ਸੀ ਔਰ ਜਦੋਂ ਦੀ ਮੈਂ ਜਾਣੀ ਕਿ ਉਮਰ ਸਾਂਭੀ ਆ ਮੇਰੀਆਂ ਭੈਣਾਂ ਨੇ ਮੇਰੇ ਡੈਡੀ ਜੀ ਜੋ ਡੈਡੀ ਜੀ ਬਲੈਚ ਸਨ ਔਰ ਜਾਣੀ ਕਿ ਇਹ ਆ ਤੇਰੇ ਬਾਬੇ ਦੀ ਪੱਗ ਚਿੱਟੀ ਆ ਇੰਨਾ ਹੀ ਗੱਲ ਬਸ ਤੇਰੇ ਬਾਬੇ ਦੀ ਪੱਗ ਚਿੱਟੀ ਆ ਸਾਂਭ ਕੇ ਰੱਖੀ ਇਹ ਕਿੰਨੀ ਨਿੱਕੀ ਜਿਹੀ ਗੱਲ ਆ ਪਰ ਤੁਹਾਨੂੰ ਸਮਝ ਲੱਗ ਜਾਵੇ ਤੇ ਕਿੱਡੀ ਵੱਡੀ ਗੱਲ ਆ ਮੈਂ ਵੀ ਕਹਿਣਾ ਮੈਂ ਵੀ ਬੜਾ ਮੈਂ ਕਹਿਣਾ ਬਾਬਿਆ ਤੂੰ ਹੋਰ ਰੱਖ ਦੀ ਪੱਗ ਬੰਨ ਲੈਂਦਾ ਅਸੀਂ ਵੀ ਹਲਤਾ ਹੁਲਤਾ ਕਰ ਲੈਂਦੇ ਹੈ ਤੁਸੀਂ ਪੱਗ ਬੰਨ ਕੇ ਆਉਣੀ ਚਿੱਟੀ ਤੁਰ ਲੈਣੀ ਅੱਜ ਫਿਰ ਹਾਂ ਚਾਹੀਦਾ ਸੀ ਸੁਖੀ ਨੇ ਤੇਰੀ ਦਸਤਾਰ ਵੀ ਮੈਨੂੰ ਬੜੀ ਸੋਹਣੀ ਲੱਗੀ ਤੇਰੀ ਬੰਨੀ ਦਸਤਾਰ ਔਰ ਸੁਖੀ ਦੱਸ ਵੀ ਓਬਵੀਅਸਲੀ ਤੁਸੀਂ ਕਦੋਂ ਫੈਸਲਾ ਕੀਤਾ ਵੀ ਚੱਲ ਵੀ ਮੈਂ ਇੰਗਲੈਂਡ ਆਇਆ ਸੀਗਾ ਮਾਸਟਰਸ ਲਈ ਅੱਛਾ ਮੈਂ ਮਕੈਨੀਕਲ ਇੰਜੀਨੀਅਰਿੰਗ ਕੀਤੀ ਹੋਈ ਪੜ੍ਹਨ ਵਾਸਤੇ ਆਇਆ ਸੀ ਹਾਂਜੀ ਫਿਰ ਮੈਂ ਮੁੜ ਗਿਆ ਸੀ ਤੇ ਪਰ ਇੱਥੇ ਮਰਸੀ ਰਿਕਾਰਡਸ ਆ ਤੇ ਉਹਨਾਂ ਨੂੰ ਮੈਂ ਗਾਉਂਦਾ ਸੀਗਾ ਮੈਂ ਕਦੇ ਛੱਡਿਆ ਨਹੀਂ ਗਾਉਣਾ ਮੈਂ ਇੰਡੀਆ ਵੀ ਇੰਜੀਨੀਅਰਿੰਗ ਕੀਤੀ ਆ ਮਕੈਨੀਕਲ ਨਾਲ ਨਾਲ ਮੈਂ ਸਿੱਖਦਾ ਹੁੰਦਾ ਸੀ ਡੈਡ ਤੋਂ ਪਰ ਮੇਰੇ ਡੈਡ ਕਹਿੰਦੇ ਸੀ ਵੀ ਤੈਨੂੰ ਪੜ੍ਹਨਾ ਵੀ ਚਾਹੀਦਾ ਕਿਉਂਕਿ ਮੇਰੇ ਡੈਡ ਆ ਬਹੁਤ ਪੜ੍ਹੇ ਲਿਖੇ ਨੇ ਡੈਡ ਮੇਰੇ ਮਾਸਟਰਸ ਕੀਤੀ ਆ ਇੰਗਲਿਸ਼ ਦੀ ਉਹਨਾਂ ਨੇ ਪੰਜਾਬੀ ਦੀ ਮਾਸਟਰਸ ਕੀਤੀ ਆ ਲਾਅ ਗ੍ਰੈਜੂਏਟ ਨੇ ਫਿਰ ਮੈਂ ਹੌਲੀ ਹੌਲੀ ਇੰਜੀਨੀਅਰਿੰਗ ਕਰਦਾ ਕਰਦਾ ਉੱਥੇ ਵੀ ਨਾਲ ਅਸੀਂ ਕਾਲਜ ਦੇ ਵਿੱਚ ਕੰਪੀਟੀਸ਼ਨ ਲੜਦੇ ਹੁੰਦੇ ਸੀਗੇ ਤੇ ਹੌਲੀ ਹੌਲੀ ਇੱਧਰੋਂ ਆ ਗਏ ਮਾਸਟਰਸ ਲਈ ਸੀ ਸੋ ਮਰਸੀ ਰਿਕਾਰਡਸ ਨਾਲ ਮੇਰਾ ਮੇਲ ਮਿਲਾਪ ਹੋਇਆ ਉਹ ਕਹਿੰਦੇ ਵੀ ਤੂੰ ਵਧੀਆ ਗਾਉਣਾ ਅਸੀਂ ਤੇਰੇ ਨਾਲ ਕੁਝ ਕਰਨਾ ਚਾਹੁੰਦੇ ਹਾਂ ਫਿਰ ਜ਼ੂਸ ਭਾਜੀ ਇਨਵੋਲਵ ਹੋ ਗਏ ਤੇ ਕੀ ਹਾਲ ਸੋਹਣਿਆਂ ਦਾ ਕਿੱਥੇ ਰਹਿੰਦੀਆਂ ਨੇ ਸਰਕਾਰ ਸਟ੍ਰੇਟ ਅਵੇ ਹਾਂਜੀ ਉਹ ਪ੍ਰਮਾਤਮਾ ਦੀ ਕਿਰਪਾ ਜੀ ਬਸ ਜ਼ੂਸ ਭਾਜੀ ਨੇ ਬਹੁਤ ਹੈਲਪ ਕੀਤੀ ਆ ਬਹੁਤ ਜ਼ਿਆਦਾ ਇਹ ਨਹੀਂ ਵੀ ਮਿਊਜ਼ਿਕ ਵੀ ਕੀਤਾ ਮੇਰੀ ਬਿਹਾਈਂਡ ਤੇ ਬਹੁਤ ਹੈਲਪ ਕੀਤੀ ਆ ਮੇਰੇ ਲਿੰਕਸ ਬਣਾਏ ਨੇ ਬਹੁਤ ਵਧੀਆ ਕਾਫੀ ਹੈਲਪ ਮਿਲੀ ਆ ਹਾਂ ਹੁਣ ਮੈਨੂੰ ਪਤਾ ਲੱਗਿਆ ਤੁਸੀਂ ਕੌਣ ਸੀ ਤੁਸੀਂ ਬੜੀ ਐਨਕਾਂ ਲਾ ਕੇ ਸਟੇਜ ਤੇ ਚੜਦੇ ਹੁੰਦੇ ਸੀ ਮੈਂ ਕਿਹਾ ਮੁੰਡਾ ਯਾਰ ਟੌਰਜ ਵਾਲਾ ਇਹ ਮੁੰਡਾ ਹੈ ਕੌਣ ਨਹੀਂ ਉਹ ਐਨਕਾਂ ਹੁਣ ਕੌਣ ਦਾ ਇਹ ਮੇਰੀ ਬੇਖੂਬ ਜਾਨ ਕਿ ਇਹ ਮੇਰੇ ਚ ਗਲਤੀ ਹੈ ਕਿ ਮੈਨੂੰ ਪਤਾ ਕਰਨਾ ਚਾਹੀਦਾ ਸੀ ਮੁੰਡਾ ਕੌਣ ਹੈ ਡੈਸ਼ਿੰਗ ਯੈਂਕੀ ਮੁੰਡਾ ਯੈਸ 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 ਆਫ ਦਸ ਅ ਬਿਗ ਹਿੱਟ ਕੀ ਹਾਲ ਸੋਹਣੇ ਤੁਹਾਡਾ ਆਪ ਖੁਦ ਲਿਖਿਆ ਨਹੀਂ ਫਾਦਰ ਸਾਹਿਬ ਦਾ ਲਿਖਿਆ ਡੈਡੀ ਜੀ ਹੁਣਾਂ ਨੇ ਲਿਖਿਆ ਹਾਂ ਦੱਸੋ ਫੇਸ ਗੀਤ ਦੇ ਬਾਰੇ ਕਿਉਂਕਿ ਐਡਾ ਵੱਡਾ ਗੀਤ ਹੈ ਇੱਕਦਮ ਥੋੜਾ ਪੈਂਦੇ ਇਹ ਗੀਤ ਐਕਚੁਅਲੀ ਅਸੀਂ ਨਾ ਕੋਈ ਹੋਰ ਗੀਤ ਕੀਤੇ ਹੋਏ ਸੀਗੇ ਜੀ ਇਹ ਗੀਤ ਮੈਨੂੰ ਡੈਡ ਕਹੀ ਜਾਂਦੇ ਸੀ ਬਾਰ-ਬਾਰ ਤੂੰ ਆ ਕਦੇ ਨਹੀਂ ਗਾਉਂਦਾ ਤੂੰ ਆ ਗਾ ਉਹਨੂੰ ਪਤਾ ਸੀ ਹਾਂ ਵੀ ਇਹ ਚੱਲਣਾ ਮੈਂ ਕਿਹਾ ਨਹੀਂ ਡੈਡੀ ਮੈਂ ਕਿਹਾ ਫਰੈਸ਼ੀਆਂ ਵਾਲਾ ਗੀਤ ਆ ਮੈਂ ਕਿਹਾ ਇਹ ਨਹੀਂ ਚੱਲਣਾ ਮੈਂ ਇਦਾਂ ਕਹਿੰਦਾ ਸਰ ਡੈਡ ਕਹਿੰਦੇ ਨਹੀਂ ਤੂੰ ਇਹ ਗੀਤ ਗਾ ਤੇਰੀ ਆਵਾਜ਼ ਬਹੁਤ ਨਿਖਰਦੀ ਆ ਜਦੋਂ ਤੂੰ ਇਹ ਗੀਤ ਗਾਉਣਾ ਕਿਉਂਕਿ ਮੇਰੇ ਸਟੈਂਡਰਡ ਸਕੇਲ ਤੇ ਆ ਜੀ ਸੋ ਮੈਂ ਕਿਹਾ ਚਲੋ ਟਰਾਈ ਕਰ ਲੈਂਦੇ ਹਾਂ ਕੁਦਰਤੀ ਵੋਕਲ ਕਰਤੀ ਸੋ ਜੂਸ ਭਾਜੀ ਨੂੰ ਭੇਜਦੇ ਉਹਨਾਂ ਨੂੰ ਪਸੰਦ ਆ ਗਈ ਫਿਰ ਤਾਂ ਇਦਾਂ ਹੀ ਹੋਇਆ ਹਰ ਚੌਕ ਮਹੱਲੇ ਨੀ ਹੁੰਦੀ ਤੇਰੀ ਹੀ ਚੁੰਜ ਚਰਚਾ ਕਈ ਰਾਂਝੇ ਮਜਨੂਆਂ ਨੂੰ ਨੀ ਪਾ ਗਈ ਇਸ਼ਕ ਦਾ ਟੇਡਾ ਪਰਚਾ ਨੀ ਹੋਉ ਬਿਰਲਾਈ ਪਾਸ ਕੋਈ ਭਰਤੀ ਫੀਸ ਹਮਤੜ ਯਾਰ ਕੀ ਹਾਲ ਸੋਹਣਿਆਂ ਦਾ ਉਹ ਕਿੱਥੇ ਰਹਿੰਦੀਆਂ ਨੇ ਸਰਕਾਰਾਂ ਕੀ ਹਾਲ ਸੋਹਣਿਆਂ ਦਾ ਉਹ ਕਿੱਥੇ ਰਹਿੰਦੀਆਂ ਨੇ ਸਰਕਾਰਾਂ ਸੀ ਸਿਆਣੇ ਦੀ ਗੱਲ ਮੰਨ ਲੈਣੀ ਚਾਹੀਦੀ ਆ ਐਵੇਂ ਹੀ ਗਾਣੇ ਗਾਏ ਗਿਆ ਇੱਕ ਗਾਣੇ ਨਾਲ ਦੇਖ ਲਾ ਡੈਡੀ ਨੇ ਦੱਸਤਾ ਵੀ ਆਹ ਮੁੰਡੇ ਪੁੱਤ ਆਹ ਗੀਤ ਆ ਨਹੀਂ ਬਾਕੀ ਵੀ ਡੈਡ ਦੀ ਲਿਖੇ ਹੋਏ ਸੀ ਪਰ ਮੈਂ ਜਦੋਂ ਮੈਂ ਗੀਤ ਕੀਤਾ ਸੀ ਮੇਰੇ ਕੋਲ 10 15 20 ਗੀਤ ਪਏ ਸੀ ਜੀ ਸੋ ਮੇਰੇ ਲਈ ਵੀ ਹਾਰਡ ਸੀ ਮੈਂ ਕਿਹਨੂੰ
ਚੱਕਾ ਹਨਾ ਸੋ ਜਿਹੜੇ ਗੀਤ ਨੇ ਬਾਕੀ ਹਿੱਟ ਹੋਣਾ ਹੁੰਦਾ ਉਹ ਬਸ ਇਦਾਂ ਹੀ ਚੱਕਾ ਤੱਕਾ ਨਾਲ ਨਹੀਂ ਤੁਹਾਡੇ ਤੇ ਘਰ ਦਰਿਆ ਚੱਲਦਾ ਤੁਹਾਨੂੰ ਦੱਸਣ ਵਾਲੇ ਉਹੀ ਹੈ ਜਿੱਥੇ ਦਰਿਆ ਚੱਲਦਾ ਹੋਵੇ ਉਹ ਇਹ ਨਹੀਂ ਨਾ ਪਤਾ ਕਿੱਥੇ ਵੀ ਹੈ ਕਿੱਥੋਂ ਉਜੜ ਭਰੀ ਹੈ ਸਰ ਜਿੱਥੇ ਟੂਟੀ ਟਾਟੀ ਉੱਥੇ ਤਾਂ ਬੰਦਾ ਮੂੰਹ ਲਾ ਲੈਂਦਾ ਇਹ ਤਾਂ ਔਰ ਸੁਖੀ ਤੁਹਾਡਾ ਇਸ ਵੇਲੇ ਗੀਤ ਜਿਹੜਾ ਕੈਨੇਡਾ ਵਾਲਾ ਗੀਤ ਚੱਲ ਰਿਹਾ ਸੋ ਯਾਰ ਯੂਕੇ ਦੇ ਵਿੱਚ ਰਹਿੰਦੇ ਸਿੱਧੇ ਕੈਨੇਡਾ ਵੱਲ ਨੂੰ ਕਾਹਤੋਂ ਫੇਰੇ ਪਾ ਲੈ ਪੱਕੇ ਹੋਣ ਕੈਨੇਡਾ ਪੱਕੇ ਹੋਣ ਦਾ ਤੇਰੀ ਫੈਸਲਾ ਪੱਕੇ ਪੁੱਕੇ ਹੋਣ ਦਾ ਕੋਈ ਚੱਕਰ ਨਹੀਂ ਆ ਮੇਰਾ ਫਰੈਂਡ ਆ ਜੀ ਤੇ ਉਹਦੀ ਹੱਡ ਬੀਤੀ ਆ ਉਹਦੇ ਨਾਲ ਇਦਾਂ ਹੋਇਆ ਸੀ ਸੋ ਰਹੀ ਯੁਗ ਯੁਗ ਵਸਦਾ ਨਹੀਂ ਤੇਰਾ ਸੋਹਣਾ ਪਤਨ ਉਹਦੀ ਗਰਲਫ੍ਰੈਂਡ ਚਲੀ ਗਈ ਤੇ ਮੈਂ ਕਿਹਾ ਯਾਰ ਤੇਰੇ ਨਾਲ ਬੜਾ ਮਾੜਾ ਹੋਇਆ ਮਿੱਤਰਾ ਤੇ ਮੈਂ ਕੋਈ ਨਹੀਂ ਤੇਰੇ 'ਤੇ ਗੀਤ ਲਿਖਾਊਂਗਾ ਮੈਂ ਡੈਡ ਨੂੰ ਕਿਹਾ ਡੈਡ ਇੱਦਾਂ ਦੀ ਸਟੋਰੀ ਆ ਕੋਈ ਗੀਤ ਲਿਖੋ ਮੈਂ ਸੁਰਿੰਦਰ ਸ਼ਿੰਦਾ ਜੀ ਦਾ ਗੀਤ ਆਇਆ ਸੀ ਛੇਤੀ ਬੋੜ ਮਿਰਜ਼ਿਆ ਵੀ ਮਾਪਿਆਂ ਵਿਆਹ ਤਰ ਦਿੱਤਾ ਵਿਆਹ ਕਰ ਦਿੱਤਾ ਮੈਂ ਕੀ ਬਾਤ ਹੈ ਸੋ ਉਹ ਤਰਜ ਮੈਨੂੰ ਬਹੁਤ ਸੋਹਣੀ ਲੱਗੀ ਸੀਗੀ ਸੋ ਸ਼ਿੰਦਾ ਸਾਹਿਬ ਸਾਡੇ ਘਰੇ ਆਇਆ ਸੀ ਛੇਤੀ ਬੋੜ ਮਿਰਜ਼ਿਆ ਵੇ ਮਾਪਿਆਂ ਵਿਆਹ ਤਰ ਦਿੱਤਾ ਮੇਰਾ ਉਹ ਸਹਿਵਾਂ ਚੜ ਕੋਠੇ ਤੇ ਵੇ ਤੱਕਦੀ ਰਾਵੇ ਸੋਹਣਿਆ ਤੇਰਾ ਸੋ ਉਹ ਤਰਜ ਮੈਨੂੰ ਬਹੁਤ ਸੋਹਣੀ ਲੱਗੀ ਸੀ ਸੋ ਮੈਂ ਕਿਹਾ ਡੈਡ ਵੀ ਉਹ ਤਰਜ ਤੇ ਲਿਖੋ ਗੀਤ ਫਿਰ ਉੱਥੇ ਨਿਕਲਿਆ ਸੀ ਰਹੀ ਯੁਗ ਯੁਗ ਵਸਦਾ ਔਰ ਖੁਦ ਨਹੀਂ ਲਿਖਦੇ ਤੁਸੀਂ ਮੈਂ ਲਿਖਦਾ ਆਪ ਮੈਂ ਐਕਚੁਅਲੀ ਮੈਂ ਜਿੱਦਾਂ ਦਾ ਮੈਂ ਲਿਖਦਾ ਦੱਸ ਖੁੱਲ ਕੇ ਗੱਲ ਕਰ ਗੱਲ ਖੁੱਲ ਕੇ ਨਹੀਂ ਮੈਂ ਐਕਚੁਅਲੀ ਥੋੜ੍ਹੇ ਸਿੰਪਲ ਵਰਡਿੰਗ ਜੇ ਗੀਤ ਲਿਖਦਾ ਵਾਂ ਸੋ ਮੈਂ ਮੈਨੂੰ ਆਪਣੇ ਗੀਤ ਗਾਉਣ ਦਾ ਇੰਨਾ ਨਜ਼ਾਰਾ ਜਿਹਾ ਨਹੀਂ ਹੁੰਦਾ ਜਿੰਨਾ ਮੇਰੇ ਡੈਡ ਦੀ ਗਾਉਂਦਾ ਸੋ ਕਿਉਂਕਿ ਮੇਰੇ ਡੈਡ ਦੇ ਜਿਹੜੇ ਲੱਛੇਦਾਰ ਲਫ਼ਜ਼ ਨੇ ਇੱਦਾਂ ਫਸੇ ਹੋਏ ਲਫ਼ਜ਼ ਨੇ ਜਿਹੜੇ ਪਤਾ ਲੱਗਦਾ ਵੀ ਤੁਸੀਂ ਕੋਈ ਚੀਜ਼ ਗਾ ਰਹੇ ਹੋ ਜੀ ਜੀ ਸੋ ਮੈਂ ਆਪਣੇ ਹੋਰ ਹਿਸਾਬ ਦੇ ਮੇਰੇ ਗੀਤ ਨੇ ਮੈਂ ਵੀ ਲਿਖਦਾ ਹਾਂ ਇਦਾਂ ਦੀ ਗੱਲ ਨਹੀਂ ਮੈਂ ਅੱਜ ਕੱਲ ਕਹਿੰਦੇ ਆ ਸਮਤੇ ਕਹਿੰਦੇ ਲਾਈਟ ਲਿਖੋ ਉਹ ਨਿਆਣਿਆਂ ਨੂੰ ਸਮਝ ਨਹੀਂ ਆਉਂਦੀ ਵਗੈਰਾ ਹਾਂ ਪਰ ਇਦਾਂ ਪਰ ਮੇਰੇ ਹਿਸਾਬ ਨਾਲ ਜਿਹੜਾ ਜਿਹੜਾ ਗੀਤ ਆ ਨਾ ਇਦਾਂ ਇਹ ਨਹੀਂ ਹੋਣਾ ਚਾਹੀਦਾ ਵੀ ਅੱਜ ਕੱਲ ਕੀ ਚੱਲਦਾ ਉਦਾਂ ਦਾ ਗਾਉਣਾ ਚਾਹੀਦਾ ਗੀਤ ਤੁਸੀਂ ਜੋ ਗਾਤਾ ਉਹ ਸਰੋਤਿਆਂ ਨੂੰ ਕਬੂਲਣਾ ਚਾਹੀਦਾ ਕਈ ਵਾਰੀ ਇੱਦਾਂ ਹੁੰਦਾ ਹੁਣ ਸਾਡੀ ਲਿਟਰੇਚਰ ਆ ਪੰਜਾਬੀ ਕਿੰਨਾ ਅਮੀਰ ਵਿਰਸਾ ਜੇ ਅਸੀਂ ਹਲਕੇ ਫੁਲਕੇ ਗੀਤ ਲਿਖੀ ਜਾਵਾਂਗੇ ਫਿਰ ਆਉਣ ਵਾਲੇ 20 ਸਾਲਾਂ 'ਚ ਤਾਂ ਫਿਰ ਹੋਰ ਹਲਕੇ ਚਾਹੀਦੇ ਆ ਹੁਣ ਤੁਸੀਂ 1980-70 ਦੇ ਵਿੱਚ ਦੇਖ ਲਓ ਗੀਤ ਕਿੰਨੇ ਕਿੰਨੇ ਉਹਨਾਂ 'ਚ ਡੀਪ ਮੀਨਿੰਗ ਹੁੰਦੇ ਸੀਗੇ ਹਾਂਜੀ ਸੋ ਹੌਲੀ 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 ਜਾ ਕੇ ਫਿਰ ਕੰਮ ਥੋੜ੍ਹਾ ਖਰਾਬ ਹੀ ਹੋ ਰਿਹਾ ਜੀ ਜੀ ਸੋ ਆਪਾਂ ਨੂੰ ਗੀਤ ਪੁਰਾਣੇ ਮੈਂ ਤਾਂ ਇਹ ਕਹਿੰਦਾ ਉਹਨਾਂ ਵੀ ਜਿਹਨੂੰ ਪੰਜਾਬੀ ਵੀ ਨਹੀਂ ਨਾ ਆਉਂਦੀ ਜਿਹੜਾ ਇੱਥੇ ਦੇ ਕੋਈ ਬੋਲ ਨੇ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਤੁਸੀਂ ਮਾਣਕ ਸਾਹਿਬ ਚਮਕੀਲਾ ਸਾਹਿਬ ਉਹਨਾਂ ਨੂੰ ਸੁਣਿਆ ਕਰੋ ਤੁਸੀਂ ਸੁਣ ਸੁਣ ਕੇ ਪੰਜਾਬੀ ਸਿੱਖ ਜਾਓਗੇ ਓ ਯੈਸ ਕੋਈ ਕਿਤੇ ਟਿਊਸ਼ਨ ਲੈਣ ਦੀ ਕੋਈ ਲੋੜ ਨਹੀਂ ਹੈਗੀ ਨਹੀਂ ਸਾਨੂੰ ਨਹੀਂ ਕੋਈ ਸਮਝ ਲੱਗਦੀ ਲਫ਼ਜ਼ ਦੀ ਹਾਂਜੀ ਹਾਂ ਸਾਨੂੰ ਦੱਸੋ ਇੱਥੇ ਬੈਠੇ ਸਾਰੇ ਹੋਰ ਕੰਮ ਨਹੀਂ ਸਭ ਤੋਂ ਵੱਡੀ ਗੱਲ ਇਹ ਆ ਹੁਣ ਜਦੋਂ ਅਸੀਂ ਇੰਗਲਿਸ਼ ਬੋਲਦੇ ਆ ਜਦੋਂ ਮੈਂ ਇੱਥੇ ਨਵਾਂ ਆਇਆ ਸੀ ਜਦੋਂ ਮੈਂ ਇੰਗਲਿਸ਼ ਬੋਲਦਾ ਸੀ ਕਈ ਵਾਰੀ ਨਾਲ ਦੇ ਹੀ ਹੱਸਣ ਲੱਗ ਜਾਂਦੇ ਸੀਗੇ ਵੀ ਤੂੰ ਪਰ ਮੈਂ ਉਹਨਾਂ ਦੀ ਬਹੁਤ ਨਹੀਂ ਸੀ ਕਰਦਾ ਕਿਉਂਕਿ ਅਸੀਂ ਸਿੱਖਣਾ ਤੇ ਜਦੋਂ ਤੁਸੀਂ ਕੋਈ ਵੀ ਚੀਜ਼ ਸਿੱਖਣੀ ਹੋਵੇ ਫਿਰ ਭਾਵੇਂ ਚਾਹੇ ਹੱਸੀ ਜਾਣ ਬਹੁਤ ਨਹੀਂ ਕਰਨਾ ਚਾਹੀਦਾ ਆਈ ਥਿੰਕ ਯੂ ਨੋ ਇਹ ਤੁਸੀਂ ਬੜੀ ਚੰਗੀ ਗੱਲ ਕੀਤੀ ਹੈ ਕਿਉਂਕਿ ਕਈ ਮੇਰੇ ਨਾਲ ਖੁਦ ਪੰਜਾਬੀ ਬੋਲ ਜਾਂ ਕੰਮ ਤੇ ਆ ਮੈਂ ਆਪਣੇ ਦੋਸਤਾਂ ਦੇ ਨਾਲ ਜਾਂਦੀ ਮੇਰੀ ਭੈਣਾਂ ਦੇ ਨਾਲ ਉਹਨਾਂ ਕੋ ਪੰਜਾਬ ਉਹ ਕਹਿੰਦੇ ਨਹੀਂ ਨਹੀਂ ਤੇਰੀ ਪੰਜਾਬੀ ਬਹੁਤ ਸ਼ੁੱਧ ਆ ਸਾਨੂੰ ਤੇਰੇ ਵਾਂਗੂ ਨਹੀਂ ਬੋਲਣੀ ਆਉਂਦੀ ਡਸਨਟ ਮੈਟਰ ਕੋਈ ਨਹੀਂ ਹਾਂ ਤੁਸੀਂ ਬੋਲੋ ਬੋਲੋ ਇਹ ਬਹੁਤ ਜ਼ਰੂਰੀ ਆ ਕਿਉਂਕਿ ਤੁਸੀਂ ਬੋਲੋਗੇ ਤੁਹਾਡੇ ਘਰ 'ਚ ਵੀ ਆਊਗਾ ਹਾਂ ਤੁਹਾਡੀ ਆਉਣ ਵਾਲੀ ਜਨਰੇਸ਼ਨ ਨੂੰ ਉਹ ਹੋਰ ਪੰਜਾਬੀ ਤਾਂ ਸਾਡੀ ਮਾਂ ਆ ਅਸੀਂ ਕਿੱਦਾਂ ਭੁੱਲ ਸਕਦੇ ਹਾਂ ਅਸੀਂ ਲੱਖ ਤਰੱਕੀ ਕਰ ਲਈਏ ਜਿੱਥੇ ਮਰਜ਼ੀ ਚਲੇ ਜਾਈਏ ਅਸੀਂ ਇੰਗਲੈਂਡ 'ਚ ਰਹਿੰਦੇ ਹਾਂ ਇੰਗਲਿਸ਼ ਬੋਲਦੇ ਹਾਂ ਬੋਲੋ ਸਾਡਾ ਆਪਣਾ ਕੰਟਰੀ ਇਹ ਵੀ ਇਦਾਂ ਦੀ ਗੱਲ ਨਹੀਂ ਪਰ ਪੰਜਾਬੀ ਤੁਹਾਡੀ ਮਾਂ ਉਹਨੂੰ ਕਦੇ ਵੀ ਔਰ ਜਿਹੜਾ ਵੀ ਇਸ ਵੇਲੇ ਆਪਾਂ ਸਾਰਿਆਂ ਨੂੰ ਦੱਸਦੀ ਹੈ ਜੇ ਕੋਈ ਬੱਚਾ ਪੰਜਾਬੀ ਬੋਲਦਾ ਉਹ ਲਫ਼ਜ਼ ਨਹੀਂ ਠੀਕ ਨਿਕਲਦਾ ਹੱਸਣਾ ਜਿਹੜਾ ਵੀ ਉਹਨਾਂ ਤੇ ਹੱਸਦਾ ਅਸੀਂ ਉਹਨਾਂ ਨਾਲ ਬਹੁਤ ਗੁੱਸੇ ਵੇ ਨਾਲ ਦੂਜੀ ਗੱਲ ਹੱਸ ਨਹੀਂ ਸਕਦੇ ਇਹ ਤਾਂ ਹੋ ਗਈ ਉਹਨਾਂ ਦੀ ਗੱਲ ਸਾਡੇ ਲਈ ਜੇ ਅਸੀਂ ਇੰਗਲਿਸ਼ ਬੋਲੀਏ ਤਾਂ ਹੱਸਣਾ ਨਹੀਂ ਇਹ ਮੈਂ ਆਪਣੇ ਆਪ ਨੂੰ ਵੀ ਸੇਫ ਸਾਈਡ ਲੈ ਲਵਾਂ ਸੋ ਵਾਟ ਆਰ ਯੂ ਅਪ ਟੂ ਥੀਸ ਡੇਸ ਇਹ ਜ਼ਿਆਦਾ ਨਹੀਂ ਅੰਗਰੇਜ਼ੀ ਹੋ ਗਈ ਆਮ ਜਸਟ ਚਿਲਿੰਗ I'm just chilling. That's what you need to do. So Sukhi, what's happening ਤੁਹਾਡੇ ਵਾਸਤੇ ਹੋਰ ਕੀ ਓਬਵੀਅਸਲੀ ਤੁਹਾਡੇ ਕੈਨੇਡਾ ਕੀ ਚੱਲ ਰਿਹਾ ਇਸ ਵੇਲੇ ਹਾਂਜੀ ਸੋ ਹੋਰ ਰਿਕਾਰਡਿੰਗ ਇਹਨਾਂ ਦਾ ਮਿਊਜ਼ਿਕ ਤੁਸੀਂ ਜ਼ੂਸ ਕੋ ਤਾਂ ਨਹੀਂ ਕਰਾਇਆ ਹਾਂਜੀ ਹਾਂ ਜ਼ੂਸ ਪਾਜੀ ਨਾਲ ਹੀ ਕਰਨਾ ਸੀ ਉਹ ਥੋੜ੍ਹੇ ਬਿਜ਼ੀ ਸਕੈਜੂਲ ਉਹਨਾਂ ਦਾ ਕਾਫੀ ਬਾਲੀਵੁੱਡ ਦੇ ਵਿੱਚ ਤੁਸੀਂ ਦੇਖਿਆ ਬਹੁਤ ਚੀਜ਼ ਆ ਰਹੀ ਹੈ ਸੋ ਹੋਪਫੁਲੀ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਬਹੁਤ ਵੱਡੇ ਪ੍ਰੋਡਿਊਸਰਸ ਨਾਲ ਕੰਮ ਕਰ ਰਿਹਾ ਉਹਨਾਂ ਨਾਲ ਵੀ ਸੋ ਜ਼ੂਸ ਪਾਜੀ ਨਾਲ ਤਾਂ ਓਬਵੀਅਸਲੀ ਹੈਗਾ ਹੀ ਆ ਕਿਉਂਕਿ ਉਹਨਾਂ ਨਾਲ ਮੇਰੀ ਸ਼ੁਰੂਆਤ ਹੋਈ ਹੈ ਅਤੇ ਉਹਨਾਂ ਨਾਲ ਕੰਮ ਕਰਦਾ ਮੈਂ ਰਹੂੰਗਾ ਸੋ ਹੋਪਫੁਲੀ ਐਂਡ ਆਫ ਦਾ ਈਅਰ ਜਾਂ ਸਟਾਰਟਿੰਗ ਆਫ ਦਾ ਨੈਕਸਟ ਈਅਰ ਸੋ ਐਲਬਮ ਕਰਾਂਗੇ ਅਸੀਂ ਔਰ ਵੈਸੇ ਕੋਈ ਇੰਜੀਨੀਅਰਿੰਗ ਵਗੈਰਾ ਵੀ ਕਰ ਰਹੇ ਹੋ ਜਾਂ ਹੁਣ ਸੰਗੀਤ ਤੇ ਨਹੀਂ 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 ਮੈਂ ਕੰਮ ਵੀ ਕਰਦਾ ਪ੍ਰੋਫੈਸ਼ਨਲ ਜੌਬ ਕਰਦਾ ਇਦਾਂ ਨਹੀਂ ਤੇ ਨਾਲ ਨਾਲ ਮਿਊਜ਼ਿਕ ਵੀ ਕਰਦਾ ਮਿਊਜ਼ਿਕ ਦੇਖੋ ਪੰਜਾਬੀਆਂ ਵਾਸਤੇ ਗਾਉਣ ਗਾਉਣ ਦੇ ਨਾਲ ਨਹੀਂ ਇਦਾਂ ਦੀ ਬਹੁਤ ਜ਼ਰੂਰੀ ਹੈ ਕਿ ਬਾਪੂ ਜੀ ਵੀ ਪੁੱਛਦੇ ਵੀ ਤੁਸੀਂ ਕਰਦੇ ਕੀ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਮੈਂ ਕੰਮ ਤਾਂ ਕਰਦਾ ਹਾਂ ਪਰ ਮੇਰੇ ਉਹਦੇ ਵਿੱਚ ਰੂਹ ਨਹੀਂ ਹੈਗੀ ਜੀ ਜੀ ਮੇਰਾ ਰੂਹ ਮੇਰੀ ਮਿਊਜ਼ਿਕ 'ਚ ਹੀ ਆ ਮੈਂ
ਚੱਤੋ ਪਹਿਰ ਜਿਹਨੂੰ ਕਹਿ ਦਈਏ ਨਾ ਵੀ 24 ਘੰਟੇ ਇਹਦੇ ਬਾਰੇ ਸੋਚਦਾ ਜੀ ਜੀ ਕਿਉਂਕਿ ਜਦੋਂ ਇਹ ਇਦਾਂ ਇੱਕ ਐਡਿਕਟਡ ਹੋ ਜਾਂਦਾ ਬੰਦਾ ਜਿੱਦਾਂ ਡਰੱਗ ਨਹੀਂ ਹੁੰਦੀ ਇਦਾਂ 뮤직 ਆ ਮੈਨੂੰ ਪਤਾ ਨਹੀਂ ਡਰੱਗ ਕਿਦਾਂ ਦੀ ਹੁੰਦੀ ਪਰ ਠੀਕ ਹੈ ਜੇ ਤੁਸੀਂ ਕਹਿੰਦੇ ਤਾਂ ਠੀਕ ਨਹੀਂ ਮੈਂ ਖਵਾਰਾ-ਖੁਰਾਂ 'ਚ ਪੜਿਆ ਵੀ ਜਵਾਕ ਆਪਣੇ ਐਡਿਕਸ਼ਨ ਹੋ ਜਾਂਦਾ ਐਡਿਕਸ਼ਨ ਬਹੁਤ ਚੀਜ਼ਾਂ ਦੇ ਹੋ ਜਾਂਦਾ ਹਾਂ ਹਾਂ ਸੋ ਮੈਂ ਇਹ ਸੋਚਦਾ ਵੀ ਇਹ ਜਿਹੜਾ ਇਹ 뮤직 ਆ ਤੁਹਾਨੂੰ ਆਪਣੇ ਅਧੀਨ ਬਣਾ ਲੈਂਦਾ ਤੁਹਾਨੂੰ ਐਡਿਕਸ਼ਨ ਹੋ ਜਾਂਦੀ ਹੈ ਇਹਦੀ ਤੁਸੀਂ ਛੱਡ ਨਹੀਂ ਸਕਦੇ ਮੈਂ ਟਰਾਈ ਕੀਤੀ ਆ ਔਰ ਸਕੂਨ ਬਹੁਤ ਆ ਥਿੰਗ ਮੈਂ ਕੋਸ਼ਿਸ਼ ਕਰਦਾ ਵੀ ਕਿ ਮੇਰੇ ਬੱਚੇ ਸਿੱਖ ਜਾਣ ਸੰਗੀਤ ਇਹਦੇ ਵਿੱਚ ਸਕੂਨ ਬਹੁਤ ਆ ਬੰਦਾ ਬਹਿ ਕੇ ਉਹ ਤਾਂ ਆਬਵੀਅਸਲੀ ਸਿੱਖ ਜਾਣੇ ਤੁਸੀਂ ਆਪ ਇੰਨਾ ਸੋਹਣਾ ਗਾਉਂਦੇ ਹੋ ਨਹੀਂ 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 ਉਹਨੇ ਸਿੱਖ ਇਹਦੀ ਭਰਾਵਾ ਕੋਈ ਗਰੰਟੀ ਨਹੀਂ 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 ਲੋਕੀ ਕਹਿੰਦੇ ਤੂੰ ਪੰਜਾਬੀ ਬੋਲਦਾ ਤੇਰੇ ਬੱਚੇ ਬਟ ਉਹ ਵਿਚਾਰੇ ਖੁਦ ਸਟਰਗਲ ਕਰ ਰਹੇ ਕਿ ਉਹਨਾਂ ਦੀ ਮਾਂ ਬੋਲੀ ਬਦਲ ਗਈ ਮਾਂ ਬੋਲੀ ਬਦਲ ਗਈ ਹੋਲਡ ਦੈਟ ਨੋਟ ਆਮ ਇਨ ਕਨਵਰਸੇਸ਼ਨ ਵਿਦ ਸੁਖੀ ਸੇਵਾ ਵੀ ਗੋਇੰ ਟੂ ਇਨਵਾਈਟ ਅਨਦਰ ਗੈਸਟ ਔਨ ਟੂ ਦ ਸ਼ੋਅ ਵੀਲ ਬੀ ਬੈਕ ਆਫਟਰ ਦਿਸ ਬ੍ਰੇਕ